ਅੱਜ ਕੀੜੀਆਂ ਦੇ ਘਰ ਨਾਰਾਇਣ ਜੀ ਕਿੱਥੋਂ ਪਧਾਰੇ? ਸੋਚਿਆ ਕਿ ਤੁਹਾਡੇ ਦਰਸ਼ਨ ਕਰੇ ਆਵਾਂ। ਵਧੀਆ ਕੀਤਾ ਜੀ। ਹੋਰ ਦੱਸੋ, ਮੈਰਿਜ ਲਾਈਫ ਕਿਵੇਂ ਚੱਲਦੀ ਤੁਹਾਡੀ? ਬਹੁਤ ਵਧੀਆ ਚੱਲਦੀ ਆ, ਤੇ ਉਹ ਤਾਂ ਅੱਜ ਬੈਂਗਲੌਰ ਗਏ ਹੋਏ ਨੇ। ਉਹ ਜੇ ਸਾਨੂੰ ਫੋਨ ਕਰਕੇ ਆਉਂਦੀ ਅਸੀਂ ਕੋਈ ਹੋਰ ਇੰਤਜ਼ਾਮ ਕਰ ਲੈਂਦੇ। ਸਹੀ ਗੱਲ ਆ ਬਾਈ, ਚੱਲ ਛੱਡ, ਸਾਡੇ ਕੋਲ ਵੀ ਪੈਸੇ ਦੀ ਤੰਗੀ ਜੀ ਚੱਲਦੀ ਆ। ਪੈਸਿਆਂ ਦੀ ਫਿਕਰ ਨਾ ਕਰੋ, ਇੱਕ ਕੰਮ ਆ, ਬਹੁਤ ਛੇਤੀ ਦੱਸਾਂਗੇ। ਤੁਸੀਂ ਹੁਕਮ ਕਰੋ ਜਨਾਬ, ਤੁਹਾਡੇ ਲਈ ਜਾਨ ਵੀ ਹਾਜ਼ਰ ਆ। ਜਾਨ ਹੀ ਚਾਹੀਦੀ ਆ। ਮਤਲਬ? ਮਤਲਬ ਇਹ ਕਿ ਇੱਕ ਕੰਮ ਆ, ਆ ਫੜੋ 1 ਲੱਖ ਦਾ ਚੈੱਕ, ਤੇ ਕੰਮ ਟਾਈਮ ਆਉਣ ਤੇ ਦੱਸਾਂਗੇ। ਬਾਅਦ 'ਚ ਮੁੱਕਰ ਨਾ ਜਾਇਓ। ਨਾ ਨਾ ਨਾ, ਮੁੱਕਰਨ ਵਾਲੀ ਜੜੀ ਨਹੀਂ ਹੈਗੀ ਸਾਡੀ। ਇੰਜੋਏ ਕਰੋ। ਸਾਲਿਆ, ਜੇ ਅੱਜ ਰੱਬ ਤੋਂ ਕਰੋੜ ਮੰਗ ਲੈਂਦੇ ਨਾ, ਉਹ ਵੀ ਮਿਲ ਜਾਂਦਾ ਆਪਾਂ ਨੂੰ। ਸਾਲਿਆ, ਲੱਖ ਥੋੜਾ। ਸਹੀ ਗੱਲ ਆ ਬਾਬੇ। ਕੀ ਕਰਾਂਗੇ ਆਪਾਂ 1 ਲੱਖ ਰੁਪਏ ਦਾ? ਪਹਿਲਾਂ ਡੇਕ ਕੇ ਚੱਲਦੇ। ਕਿੰਨਾ ਮਜ਼ਾ ਆਇਆ ਨਾ! ਓ ਮਾਈ ਗੋਡ, ਕਿੰਨੇ ਸਾਰੇ ਕੱਪੜੇ! ਆ ਦੇਖ ਕਿਵੇਂ ਦਾ ਲੱਗ ਰਿਹਾ ਮੇਰੇ ਤੇ। ਇੱਕ ਹੋਰ, ਆ ਕੀ ਹੈ? ਕੀ ਸੀ ਇਹ? ਕੀ ਕਿਹਾ ਸੀ ਇਹਨੂੰ? ਕ੍ਰੌਪ ਟੌਪ। ਵਾਓ, ਸੋ ਕਿਊਟ। ਅੱਛਾ ਹੈ ਨਾ? ਓ ਗੋਡ, ਸੋ ਐਕਸਾਈਟਡ। ਸੋਹਣਾ ਹੈ ਨਾ? ਕਮਾਲ ਦੀ ਗੱਲ ਹੈ। ਆਈ ਮੀਨ, ਬਿਨਾਂ ਕੋਈ ਪੈਸੇ ਖਰਚੇ ਇੰਨੇ ਸਾਰੇ ਕੱਪੜੇ, ਉਹ ਵੀ ਬ੍ਰੈਂਡਡ। ਡਾਰਲਿੰਗ, ਇਹੀ ਗੱਲ ਆ, ਇਹੋ ਜਿਹੇ ਭੌਂਦੂ ਜਿਹੇ ਮੁੰਡਿਆਂ ਨੂੰ ਪਿੱਛੇ ਲਾਓ ਤੇ ਆਪਣੇ ਕੰਮ ਸਿੱਧੇ ਕਰੋ। ਤੂੰ ਤਾਂ ਬਾਲੀ ਤੇਜ ਹੈ, ਪਰ ਮੈਂ ਇਹ ਸਭ ਨਹੀਂ ਕਰ ਸਕਦੀ। ਜਦੋਂ ਮੈਂ ਆਈ ਸੀ ਨਾ, ਮੈਂ ਵੀ ਇੱਦਾਂ ਹੀ ਕਹਿੰਦੀ ਸੀ, ਮੈਥੋਂ ਨਹੀਂ ਹੋਣਾ, ਮੈਥੋਂ ਨਹੀਂ ਹੋਣਾ। ਪਰ ਚੰਡੀਗੜ੍ਹ ਆ ਕੇ ਮੈਂ ਇੱਕ ਗੱਲ ਸਿੱਖ ਲਈ ਕਿ ਇਹੋ ਜਿਹੇ ਮੁੰਡੇ ਨੂੰ ਆਪਣੇ ਪਿੱਛੇ ਲਾ ਲਓ ਜਿਹੜਾ ਲਵੀ ਲੋਵੀ ਕਹਿੰਦਾ ਤੁਹਾਡੇ ਪਿੱਛੇ ਫਿਰੇ। ਹੈਲੋ ਜਾਨੂ, ਤੂੰ ਆ ਸੱਤ ਵਿੱਚ ਕਿਹਦੇ ਨਾਲ ਸ਼ਾਪਿੰਗ ਕਰਦੀ ਫਿਰਦੀ ਸੀ? ਤੁਹਾਨੂੰ ਕਿਹਨੇ ਦੱਸਿਆ ਮੈਂ ਸਾਥ ਵਿੱਚ ਸ਼ਾਪਿੰਗ ਕਰ ਰਹੀ ਸੀ? ਮੇਰਾ ਦੋਸਤ ਉੱਥੇ ਹੀ ਰਹਿੰਦਾ ਹੈ। ਜਾਨੂ, ਮੈਂ ਤਾਂ ਪੀਰ ਬਾਬੇ ਦੀ ਮਜ਼ਾਰ 'ਚ ਚੱਲੀਆਂ ਚੱਦਰ ਚੜਾਣ। ਝੂਠ ਨਾ ਬੋਲ, ਵੱਡੀ ਭਗਤਣੀ। ਆਲੇ ਸੁਣ ਮੇਰੇ ਪੈਰਾਂ ਦੀ ਆਵਾਜ਼। ਬਸ ਕਰ ਤੂੰ, ਰੱਬ ਨਾਲ ਥੱਲੇ ਲਾ ਲਈ। ਇੱਕ ਤਾਂ ਜਾਨੂ ਤੂੰ ਮੈਨੂੰ ਸਕੰਜਰ ਦਾ ਨਾਂ ਦੱਸ ਦੇ ਜਿਹੜਾ ਸਾਨੂੰ ਲੜਾਉਂਦਾ ਹੈ। ਸ਼ੀ ਇਜ਼ ਸੋ ਸਵੀਟ। ਓ ਫੇਲ ਹੋ ਕੇ ਪਾਗਲ ਹੋ ਗਏ ਨੇ। ਉਸਤਾਦ ਜੀ, ਕੀ ਹੋਇਆ? ਉਸਤਾਦ ਜੀ, ਆਪਣੀ ਭਗਤੀ ਸਫਲ ਹੋ ਗਈ। ਉਸਤਾਦ ਜੀ, ਕੁੜੀਆਂ ਸਾਡੇ ਵੱਲ ਵੇਖ ਵੇਖ ਹੱਸ ਰਹੀਆਂ ਨੇ। ਉਹ ਸੱਚੀ ਹੋਏ? ਓਏ, ਗੁਰੂ ਜੀ ਨੇ ਕਿਹਾ ਸੀ ਸਾਰਾ ਮੰਤਰ ਜਾਪ ਪੱਖਾ ਬੰਦ ਕਰਕੇ ਕਰਨਾ ਹੈ। ਤੂੰ ਅੱਖਾਂ ਖਲਾਤੀਆਂ, ਸਾਰਾ ਗੁੜ ਗੋਬਰ ਕਰਤਾ। ਗੁਰੂ ਜੀ ਨੇ ਕਿਹਾ ਸੀ ਗੁੱਸਾ ਨਹੀਂ ਕਰਨਾ, ਤੂੰ ਗੁੱਸਾ ਵੀ ਦਵਾਤਾ ਮੈਨੂੰ। ਚੱਲ ਸ਼ੁਰੂ ਤੋਂ ਸ਼ੁਰੂ ਕਰ, ਚੱਲ ਹੁਣ। ਓਮ ਓਮ। ਹਾਏ ਰਾਜ। ਹੈਲੋ, ਕਿਵੇਂ ਹੈ? ਬਸ ਵਧੀਆ। ਮੋਨਾ ਜੀ, ਬੜੀ ਚੇਂਜ ਹੋ ਗਈ ਹੈ। ਚੇਂਜ ਕਹਿ ਰਹੇ? ਸਿੱਧਾ ਕੇ ਸੋਹਣੀ ਲੱਗ ਰਹੀ ਹੈ। ਲੱਗ ਰਹੀ ਹੈ, ਚੰਡੀਗੜ੍ਹ ਦਾ ਰੰਗ ਚੜ ਗਿਆ ਲੱਗ ਰਿਹਾ। ਰਾਜ, ਤੂੰ ਵੀ ਸ਼ੁਰੂ ਹੋ ਗਿਆ ਨਾ, ਏਦਾਂ ਦਾ ਕੁਛ ਨਹੀਂ ਹੈ। ਅੱਛਾ, ਕਿਵੇਂ ਫਿਰ ਮੋਨਾ ਦਾ ਪੀਜੀ? ਬਹੁਤ ਵਧੀਆ ਨਾ? ਮੇਰਾ ਤਾਂ ਪਤਾ ਇਹਦੇ ਨਾਲ ਬਹੁਤ ਦਿਲ ਲੱਗਿਆ। ਵਧੀਆ ਕੁੜੀਆ ਨਾ? ਹਾਂ ਸੱਚੀ, ਵਧੀਆ ਕੁੜੀ ਦਿੱਤੀ ਨਾ ਤੈਨੂੰ ਹੁਣ। ਬਿਲਕੁਲ ਬਿਲਕੁਲ, ਦੇਖ ਲਾ ਕਿੱਥੇ ਤੂੰ ਉਹਦੇ ਨਾਲ ਰਹਿੰਦੀ ਸੀਗੀ, ਕਿੱਥੇ ਆ ਕੁੜੀ, ਕਿੱਥੇ ਦੇਵੀ, ਕਿੱਥੇ ਉਹ ਡੈਨ, ਕਿੰਨਾ ਫਰਕ ਹੈ। ਸਹੀ ਗੱਲ ਹੈ, ਬਹੁਤ ਫਰਕ। ਚਲੋ ਆਪਾਂ ਕੰਟੀਨ 'ਚ ਬਹਿ ਕੇ, ਕੰਟੀਨ ਚੱਲਦੇ ਯਾਰ, ਹੈ ਨਾ? ਹਾਂ। ਨਹੀਂ ਨਹੀਂ, ਤੁਸੀਂ ਜਾਓ, ਮੇਰੀ ਕਲਾਸ ਦਾ ਟਾਈਮ ਹੋ ਗਿਆ। ਆ ਜਾਣਾ ਯਾਰ, ਕੀ ਹੈ ਕਲਾਸ ਨੂੰ? ਚਲ ਰਹਿਣ ਦੇ ਫਿਰ ਤੂੰ, ਬਾਅਦ ਚ। ਠੀਕ ਹੈ, ਓਕੇ ਬਾਏ। ਚਲ ਠੀਕ ਹੈ, ਬਾਏ। ਅੱਛਾ, ਤੂੰ ਅੱਜ ਤੋਂ ਮੇਰੇ ਕੋਲ ਪੜ੍ਹ ਲੈ। ਪੜ੍ਹਾ ਦੇਂਗੀ ਫੇਰ? ਠੀਕ ਹੈ। ਅੱਛਾ ਚੱਲ, ਹਾਂ ਸੱਚ, ਫੈਮਿਲੀ 'ਚ ਕੌਣ ਕੌਣ ਹੈ ਤੇਰੇ? ਓ ਰਾਜ, ਤੈਨੂੰ ਇੰਨੀ ਵਾਰ ਤਾਂ ਦੱਸਿਆ, ਤੂੰ ਫੇਰ ਮੁੜ ਮੁੜ ਕੇ ਇੱਕੋ ਸਵਾਲ ਪੁੱਛਦਾ ਰਹਿੰਦਾ। ਯਾਰ, ਪਿੰਡਾਂ ਦੇ ਮੁੰਡਿਆਂ ਨੂੰ ਇੱਕੋ ਗੱਲ ਆਉਂਦੀ ਹੈ ਨਾ, ਫੈਮਿਲੀ 'ਚ ਕੌਣ ਕੌਣ ਆ, ਘਰੇ ਕੌਣ ਕੌਣ ਆ। ਨਹੀਂ ਨਹੀਂ, ਘਰਦੇ ਮਤਲਬ ਕਰਦੇ ਕੀ ਆ ਡੈਡੀ ਤੇਰੇ? ਮੇਰੇ ਫਾਦਰ ਕਿਸਾਨ ਨੇ, ਬਸ 40 ਕਿੱਲੇ ਜ਼ਮੀਨ ਦੇ ਆ, ਉਸੇ 'ਚ ਗੁਜ਼ਾਰਾ ਕਰਨਾ ਪੈਂਦਾ। ਔਖਾ ਹੋ ਜਾਂਦਾ 40 ਕਿੱਲੇ 'ਚ? ਹਾਂ, ਇਹ ਤਾਂ ਹੈ। ਅੱਛਾ, ਤੇਰੇ ਫਾਦਰ ਕੀ ਕਰਦੇ ਆ? ਮੇਰੇ ਪਾਪਾ, ਸਾਡਾ ਹੈਗਾ ਗੈਰੇਜ। ਮਤਲਬ ਟਰੱਕਾਂ ਦੇ ਇੰਜਨ ਨਹੀਂ ਹੁੰਦੇ, ਇੰਜਨ ਰਿਪੇਅਰ ਕਰਦੇ। ਵੱਡਾ ਭਰਾ ਇੱਕ, ਉਹ ਵੀ ਨਾਲ ਹੀ ਆ ਡੈਡੀ ਦੇ, ਮਤਲਬ ਆਪ ਬਹੁਤ ਇੰਜਨ ਬਣਨੇ ਆ। ਹੋਰ, ਅਤੇ ਇੱਕ ਟਰੱਕ ਹੈਗਾ। ਅਤੇ ਜਦੋਂ ਹੁਣ ਇੰਜਨ ਆ ਗਿਆ, ਇੰਜਨ ਕਰਤਾ, ਗੇੜਾ ਆ ਗਿਆ, ਗੇੜਾ ਲਾਤਾ। ਅੱਛਾ, ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ, ਮੈਂ ਚੱਲਦੀ ਹਾਂ। ਚਾਹ ਤਾਂ ਪੀ ਜਾ। ਨਹੀਂ, ਬਸ
मोना भी बैठी मेरा वेट करती होगी। ओ तू चाह दा पी ला। नहीं बस तू पी जा, चल मैं चल दिया। चल ठीक है। ओके बाय राज, ध्यान रखिए अपना। सर नाटक शुरू करिए। सॉरी सर, आगे तो नहीं होगा। प्लीज सर, प्लीज करा दो ना रिहर्सल। सर सॉरी। सर नाटक, मैं तो कितनी बारी कहा मैं नहीं करानी रिहर्सल। कदे आ कुड़ी छुट्टी ते हुंदी है, कदे आ कुड़ी छुट्टी ते हुंदी है। ओ थोड़ा प्ले हले खड़ा नहीं होया, तुहानू पता उत्थे किन्ने वड्डे वड्डे डायरेक्टर ने आना। थोड़ी कोई इज्जत है नहीं, मेरी कोई रहनी नहीं, मैं नहीं करानी। इको आ गए नवाब साहब। आओ सर बैठो, आओ बैठो सर। सर मम्मी बीमार सी। ओए जदों मैं कॉलेज पढ़दा सी, मेरी मम्मी हफ्ते च चार दिन बीमार रहिंदी सी। सर नाले पिछले हफ्ते मेरे भरा दा विआह वी सी जी। मेरे ना सत भरावां दा विआह हो के हटिया पिछले हफ्ते। सर सॉरी जी, अगे तो नहीं हुंदा। आ देखो सॉरी वी ऐ मंगदा जिस तरह एहसान करदा पिया। चलो करो शुरू। ओ जगीरा शा रा 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 रा, जगीरा शा रा 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 रा, जगीरा शा रा 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 रा, जगीरा शा रा 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 रा। उस्ताद जी काफी टाइम हो गया, गुरुजी पहुंचे नहीं हले। ओए गुरु जी नू किसे कुड़ी ने रोक लिया होना है ना, कुड़ियां घेर लेनी उनू। आपा भी तो यही सीखना आए हैं। उस्ताद जी मैं उनू फोन लावा। हैं उस्ताद दे उस्ताद झूठ बोलिया। मैं तो गलती होगी उस्ताद जी, एम सॉरी। एम सॉरी गलती होगी ते इथों। हैं हैं उस्ताद नू क्रॉस करेंगे हुन? ना ना अच्छा हुन उस्ताद तो बढ़ के चलेंगे हुन। किसे बड़े बंदे ने कहा है? की कहा बड़े बंदे ने जी? बड़े बंदे ने कहा है भाई, जदों किसे ते कोई गुर लेना हुंदा ओदी वेट करनी पैंदी है। करो वेट। केड़े वड्डे बंदे ने कहे जी? वड्डा बंदा हिमालय दे उत्ते जा। केड़े वड्डे बंदे दी गल्लां हो रही हैं? बैठो उस्ताद जी, बैठो। ओ तुसी बैठो तां सही, एक बार गुरु जी लव गुरु जी। हां ठीक है मम्मा। ओके या ठीक है मॉम। अच्छा मॉम मैं प्लीज बात कल कर दिया। प्लीज मॉम आई एम बिजी। ओके बाय मॉम बाय। ओ यार पेरेंट्स बहुत दुखी कर देने। होर दस अज किधर घूमिए? घूमना यार मोना, पर तेनू नहीं लगता कि सानू थोड़ा जा पढ़ाई वाल भी ध्यान देना चाहिए? आई मीन जिस बार मेरे अच्छे मार्क्स ना आए, मेरे पापा ने मैनू घरे वापस बुला लेना है। तू मेरे मुंह दी गल खोली। कोई ना, अज तो बाद आपा पढ़ाई च भी ध्यान देवांगे। बिल्कुल यार देना ही पैना। अजकल राज तेरे बारे बहुत पूछदा है। राज? अच्छा ठीक है यार, पर मेरा उदे च कोई इंटरेस्ट नहीं। क्यों? आई मीन ठीक है राज चंगा मुंडा है, नाइस है, मेरी केयर भी करता है, पर तेनू तो पता है ना मैनू कितना दा मुंडा चाहिए। मैनू तो उदा दा मुंडा चाहिए जिम्मे दा तू सिखाया, जो मैनू शॉपिंग करावे, मैनू घुमावे, जिदे कोल वधिया जी गड्डी होवे, जो बस मैनू घुमाउंदा रहे। जवाब देंगे नहीं पुत यार, तेनू पता तो है गोड़ जी दी सौ लगे। मैं केड़ा तुहाडी कोई गल टालदा यार, इन्ना तो प्यार करदा मैं थोनू यार। तुसी गुस्सा ना करो, दसो थोनू की चाहिदा, मैं सारी नाराजगी दूर कर दंगा थोड़ी पुत यार। सोच ले जानू। बोलो बस यार, आप जो मैं बोलता हूँ वो मैं करता हूँ, और जो नहीं बोलता वो आप करवाई लेते हो। ठीक है, मैनू आईफोन एक्स चाहिए। हैं आईफोन एक्स? हाँ। पर अच्छा हुन पार आगे विच क्या सी ना, तेनू नहीं होना तेरे तो? नहीं पुत नहीं, मैं करदा कुछ है ना, मैं करदा कुछ हुणे। मैनू तक फोन ना करी जो तक मैनू आईफोन एक्स नहीं देंदा। मैं की करा, मुझे नहीं आ रही कुछ, सलाह इन्हें भेज देवा। नहीं नहीं बापू ने घरों कड़ देना। वाह मोना,
ਮੁੰਡਿਆਂ ਨੂੰ ਪਟਾਣਾ ਤਾਂ ਕੋਈ ਤੁਹਾਡੇ ਤੋਂ ਸਿੱਖੇ। ਥੋੜੇ ਦਿਨ ਹੋਰ ਰਹਿ ਚੰਡੀਗੜ੍ਹ, ਤੈਨੂੰ ਵੀ ਸਭ ਕੁਛ ਆਜੂ। ਦੇਖਦੇ ਹਾਂ। ਉਹ ਜਾਨੂ, ਤੁਹਾਨੂੰ ਉਹ ਝੂਠ ਬੋਲ ਰਿਹਾ ਹੈ। ਮੈਂ ਕਿਸੇ ਦੇ ਨਾਲ ਫਲੈਟ 'ਚ ਨਹੀਂ ਗਈ ਸੀ। ਹੋਰ ਕਿੱਥੇ ਗਈ ਸੀ? ਮੈਂ ਅੱਜ ਮੰਦਿਰ 'ਚ ਮੱਥਾ ਟੇਕਣ ਗਈ ਸੀ। ਸਭ ਤੋਂ ਪਹਿਲਾਂ ਉਸ ਕੰਜਰ ਦਾ ਨਾਂ ਦੱਸੋ ਜਿਹੜੇ ਸਾਰਾ ਕੁਝ ਦੱਸਦਾ ਹੈ। ਇਹਦਾ ਨਹੀਂ ਕੁਝ ਹੋ ਸਕਦਾ। ਉਹ ਬਸ ਬਿਰਜੂ ਬਸ, ਤੂੰ ਤਾਂ ਰੋ ਰੋ ਕੇ ਹੱਦ ਹੀ ਲਾਤੀ। ਓ ਗੁੱਟੀ ਯਾਰ, ਤੇਰੀ ਭਾਬੀ ਨੂੰ ਤੂੰ ਆਈਫੋਨ ਮੰਗ ਲਿਆ ਯਾਰ। ਮੈਂ ਉਹ ਤੋਂ ਬਿਨਾ ਨਹੀਂ ਰਹਿ ਸਕਦਾ ਯਾਰ, ਮੇਰਾ ਨਹੀਂ ਦਿਲ ਲੱਗਦਾ ਯਾਰ ਉਹ ਤੋਂ ਬਿਨਾ ਯਾਰ। ਉਹ ਤੂੰ ਦਿਲ ਛੋਟਾ ਨਾ ਕਰ, ਆਪਾਂ ਹੋਰ ਭਾਬੀ ਲੱਭ ਲੈਣੀ ਆ। ਓਏ ਸੋਹਣੀ ਕੁੜੀ ਤੁਰੀ ਜਾਂਦੀ। ਹੋਰ ਨਹੀਂ ਯਾਰ, ਮੈਂ ਨਾ ਉਹਨੂੰ ਬਹੁਤ ਪਿਆਰ ਕਰਦਾ ਯਾਰ, ਉਹ ਤੋਂ ਬਿਨਾ ਮੈਂ ਇੱਕ ਮਿੰਟ ਨਹੀਂ ਰਹਿ ਸਕਦਾ। ਚੱਲ ਫਿਰ ਯਾਰ, ਮੈਂ ਕਰਦਾ ਤੇਰੇ ਬਾਪੂ ਨਾਲ ਗੱਲ। ਪੱਕੀ ਗੱਲ ਹੈ, ਚੜ੍ਹਦੇ ਸਿਆਲ ਤੇਰਾ ਵਿਆਹ ਰੱਖ ਦੇਣਾ ਆਪਾਂ। ਉਹ ਨਹੀਂ ਯਾਰ, ਅਜੇ ਉਹਦੀ ਸਟੱਡੀ ਪੂਰੀ ਹੋ ਲੈਣ ਦੇ, ਵਿਆਹ ਲਈ ਤਾਂ ਮੈਂ ਇਹਨੂੰ ਆਪੇ ਬਣਾ ਲੂੰਗਾ ਯਾਰ। ਲੈ ਫਿਰ ਤਾਂ ਗੱਲ ਹੀ ਮੁੱਕ ਗਈ। ਚੱਲ ਆ, ਚਾਹ ਖਤਮ ਕਰ, ਤੈਨੂੰ ਸਮੋਸੇ ਖਵਾ ਕੇ ਲਿਆਵਾਂ। ਨਹੀਂ ਯਾਰ, ਚਾਹ ਪੀਣੀ ਯਾਰ। ਫੇਰ ਹੁਣ ਸਮੋਸੇ ਖਾਣੇ ਤੇਰੇ? ਮੈਂ ਤਾਂ ਗੋਲ ਗੱਪੇ ਖਾਣੇ ਨੇ, ਮੈਨੂੰ ਗੋਲ ਗੱਪੇ ਖਲਾ ਕੇ ਲਿਆ ਯਾਰ। ਚੱਲ ਤੂੰ ਗੋਲ ਗੱਪੇ ਖਾ ਲੈ, ਪਰ ਇੱਕ ਪਲੇਟ ਖਾਈ, ਬਹੁਤੇ ਪੈਸੇ ਨਹੀਂ ਹੈਗੇ ਮੇਰੇ ਕੋਲੇ। ਚੱਲ ਫਿਰ ਆ, ਇੱਕ ਪਲੇਟ ਹੀ ਖਾਊਂਗਾ ਮੈਂ, ਬਸ ਇੱਕ ਪਲੇਟ ਆਪਣੀ ਭਾਬੀ ਵਾਸਤੇ ਪੈਕ ਕਰਾ ਦੀ। ਇੰਨਾ ਟਾਈਮ ਕਿੱਥੇ ਲਾ ਕੇ ਆਈ ਹੈ? ਮੈਂ ਤੈਨੂੰ ਪੁੱਛ ਰਿਹਾ, ਪਿੰਕੀ ਘਰ ਦੀ ਜ਼ਿੰਮੇਦਾਰੀ ਨੂੰ ਸਮਝ, ਏਦਾਂ ਨਹੀਂ ਘਰ ਚੱਲਦੇ ਹੁੰਦੇ। ਹੁਣ 7000 ਕਮਾਉਣ ਵਾਲਾ ਬੰਦਾ ਮੈਨੂੰ ਦੱਸੂਗਾ ਕਿ ਘਰ ਕਿੱਦਾਂ ਚੱਲਦੇ ਹੁੰਦੇ ਨੇ? ਉਦੋਂ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ, ਤਾਜ ਮਹਿਲ ਲੈ ਦੂੰਗਾ, ਇੱਕ ਡਾਇਮੰਡ ਦੀ ਰਿੰਗ ਨਹੀਂ ਲੈ ਕੇ ਦਿੱਤੀ ਗਈ। ਦੇਖ ਪਿੰਕੀ, ਜਦੋਂ ਆਪਾਂ ਘਰ ਛੱਡਦੇ ਹਾਂ ਨਾ, ਤਾਂ ਕੁਛ ਟਾਈਮ ਔਖਾ ਹੁੰਦਾ, ਔਖਾ ਟਾਈਮ ਆਪਾਂ ਦੋਨੋਂ ਰਲ ਕੇ ਕਰਨਾ ਪੈਣਾ। ਮੈਨੂੰ ਕੁਛ ਨਹੀਂ ਪਤਾ, ਮੈਨੂੰ ਇੰਨਾ ਪਤਾ ਹੈ ਮੇਰੇ ਖਰਚੇ ਨਿਕਲਣੇ ਚਾਹੀਦੇ ਆ, ਭਾਵੇਂ ਤੂੰ ਘਰ ਵਿੱਚ ਭਾਵੇਂ ਤੂੰ ਖੂਹ ਵਿੱਚ ਜਾ। ਆਇਆ ਸੀਗਾ ਕਰੋ ਕੁਝ ਬਣਨ ਲਈ ਜੱਟ ਨੀ, ਕਈਆਂ ਨੇ ਕਸੂਟੀ ਮਾਰੀ ਦਿੱਲੀ ਉੱਤੇ ਸੱਟ ਨੀ, ਭੁੱਲ ਗਿਆ ਖਾਬ ਸਾਰੇ ਐਮਲੈਸ ਹੋ ਗਿਆ, ਮਤਲਬ ਯਾਰਾ ਪਿੱਛੇ ਪਾਇਆ ਨਾ ਮੈਂ ਖੱਟ ਨੀ, ਕਿੰਨੇ ਕਦੋਂ ਛੱਡਿਆ ਲਿਖਦਾ ਹਿਸਾਬ ਏ। ਲੁੱਟ ਲਿਆ ਸਾਨੂੰ ਚੰਡੀਗੜ੍ਹ ਦੇ ਸਵਾਦ ਨੇ, ਲੁੱਟ ਲਿਆ ਸਾਨੂੰ ਚੰਡੀਗੜ੍ਹ ਦੇ ਸਵਾਦ ਨੇ।